ਪੰਜਾਬ ਅੰਦਰ 7ਵੇਂ ਗੇੜ ਯਾਨੀ ਕਿ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਤਹਿਤ ਵੋਟਾਂ ਪੈਣੀਆਂ ਅਤੇ ਹਰ ਕਿਸੇ ਪਾਰਟੀ ਦੀ ਜਿਹੜੀ ਕਿ ਲਗਾਤਾਰ ਦੌੜ ਲੱਗੀ ਹੋਈ ਹੈ, ਏਡੀ ਚੋਟੀ ਦਾ ਜ਼ੋਰ ਲੱਗਾ ਹੈ ਔਰ ਹਰ ਪਾਰਟੀ ਆਪਣੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਤਾਂ ਮੇਰੇ ਨਾਲ ਇਸ ਟਾਈਮ ਕਾਂਗਰਸ ਦੇ ਯੁਵਾ ਆਗੂ ਵਿਕਾਸ ਸੋਨੀ ਮੌਜੂਦ ਨੇ, ਕਿਉਂਕਿ ਕੁਛ ਸਮੇਂ ਬਾਅਦ ਹੀ ਇੱਥੇ ਰੋਡ ਸ਼ੋਅ ਕੱਢਿਆ ਜਾਣਾ ਹੈ। ਗੁਰਜੀਤ ਸਿੰਘ ਔਜਲਾ ਵੀ ਪਹੁੰਚਣ ਵਾਲੇ ਨੇ, ਤਾਂ ਗੱਲਬਾਤ ਕਰ ਰਹੇ ਨੇ, ਕਿਸੇ ਦੀ ਤਿਆਰੀਆਂ ਚੱਲ ਰਹੀਆਂ ਭਾਅ ਜੀ, ਔਰ ਤੁਹਾਡੇ ਹਲਕੇ 'ਚ ਕਿਸੇ ਦਾ ਮਾਹੌਲ ਹੈ? ਸੋ ਹਲਕੇ ਦੀ ਗੱਲ ਹੀ ਨਹੀਂ, ਗੱਲ ਪੂਰੇ ਅੰਮ੍ਰਿਤਸਰ ਲੋਕ ਸਭਾ ਦੀ ਗੱਲ ਕਰੀਏ ਤਾਂ ਬਹੁਤ ਉਤਸ਼ਾਹ ਹੈ ਲੋਕਾਂ 'ਚ ਕਾਂਗਰਸ ਪਾਰਟੀ ਦੇ ਪੱਖਾਂ, ਔਰ ਬੜੀ ਵੱਡੀ ਲੀਡ ਨਾਲ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਜੋ ਕਾਂਗਰਸ ਦੇ ਕੈਂਡੀਡੇਟ ਨੇ ਅੰਮ੍ਰਿਤਸਰ ਤੋਂ ਜਿੱਤਣ ਜਾ ਰਹੇ, ਸਾਰੀ ਓਪੋਜੀਸ਼ਨ ਵਾਲਿਆਂ ਨੂੰ, ਚਾਹੇ ਉਹ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਪ ਹੈ, ਸਭ ਨੂੰ ਕੈਂਡੀਡੇਟਾਂ ਨੂੰ ਵੀ ਪਤਾ, ਉਹਨਾਂ ਦੇ ਵਰਕਰਾਂ ਨੂੰ ਵੀ ਪਤਾ। ਚੁਣੌਤੀਆਂ ਬਹੁਤ ਜ਼ਿਆਦਾ ਹੁੰਦੀਆਂ, ਕਹਿੰਦੇ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ, ਹੋਰ ਕੋਈ ਨਹੀਂ ਹਰਾ ਸਕਦਾ। ਸਾਰੀ ਕਾਂਗਰਸ ਇਕੱਠੀ ਹੈ, ਸਾਰੇ ਲੀਡਰਸ਼ਿਪ ਇਕੱਠੀ ਹੈ, ਸਾਰੇ ਵਰਕਰ ਇਕੱਠੇ ਨੇ। ਇਹ ਓਪੋਜੀਸ਼ਨ ਵਾਲਿਆਂ ਦੀ ਗੱਲਾਂ ਹੁੰਦੀਆਂ ਕਿ ਕਾਂਗਰਸ ਹੀ ਕਾਂਗਰਸ ਨੂੰ ਆਉਂਦੀ ਹੈ, ਜਿਨ੍ਹਾਂ ਦੇ ਖੂਨ 'ਚ ਕਾਂਗਰਸ ਹੈ, ਜਿਨ੍ਹਾਂ ਦੇ ਲਗਨ ਹੈ ਲੋਕਾਂ 'ਚ ਕਾਂਗਰਸੀਆਂ 'ਚ, ਕੋਈ ਇੱਦਾਂ ਦੀ ਗੱਲ ਨਹੀਂ, ਸਾਰੇ ਇਕੱਠੇ ਹੋ ਗਏ। ਔਰ ਅਸੀਂ 1 ਤਰੀਕ ਵਾਲੇ ਦਿਨ ਪੋਲਿੰਗ ਕਰਾਵਾਂਗੇ ਔਰ 4 ਤਰੀਕ ਨੂੰ ਲੱਡੂ ਵੰਡਾਂਗੇ, ਭੰਗੜੇ ਪਾਵਾਂਗੇ। ਪਰ ਚੁਣੌਤੀਆਂ ਤਾਂ ਤੁਹਾਡੇ ਸਾਹਮਣੇ ਵੀ ਖੜੀਆਂ, ਕਿਉਂਕਿ ਸੋਨੀ ਸਾਹਿਬ 5 ਵਾਰ ਜਿੱਤੇ ਸੀਗੇ ਇਲੈਕਸ਼ਨ, ਪਰ 6ਵੀਂ ਵਾਰੀ ਜਿਹੜੀ ਕਿ ਉਹ ਇੱਥੇ ਹਾਰ ਗਏ ਸੀ 14,000 ਵੋਟਾਂ ਤੋਂ। ਹੁਣ ਚੁਣੌਤੀਆਂ ਤੁਹਾਡੇ? ਦੇਖੋ, ਇੱਕ ਲਹਿਰ ਆਈ ਸੀ, ਲੋਕਾਂ ਨੇ ਬਦਲਾਵ ਸੋਚਿਆ ਸੀ, ਪਤਾ ਨਹੀਂ ਕਿਹੜਾ ਬਦਲਾਵ, ਜਿਹੜਾ ਕਦੀ ਵੀ ਕਿਤੇ ਨਹੀਂ ਆ ਸਕਿਆ। ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ, ਚਾਹੇ ਹਿੰਦੁਸਤਾਨ 'ਚ ਚਾਹੇ ਪੰਜਾਬ 'ਚ, ਹਰ ਵਰਗ ਨੇ ਤਰੱਕੀ ਕੀਤੀ ਹੈ, ਚਾਹੇ ਕੋਈ ਵਪਾਰ ਰਹੀ ਹੈ, ਚਾਹੇ ਕੋਈ ਯੁਵਾ ਹੈ, ਕੋਈ ਵੀ ਹੈ, ਔਰ ਜਦੋਂ ਵੀ ਕੋਈ ਦੂਜੀਆਂ ਸਰਕਾਰਾਂ ਬਣੀ ਹੈ, ਕੋਈ ਬੀਜੇਪੀ ਬਣੀ ਹੈ, ਅਕਾਲੀ ਦਲ ਬਣੀ ਹੈ, ਆਪ ਦੀ ਬਣੀ ਹੈ, ਹਮੇਸ਼ਾ ਹੀ ਪੰਜਾਬ ਦਾ ਔਰ ਸਾਡੇ ਹਿੰਦੁਸਤਾਨ ਦਾ ਨੁਕਸਾਨ ਹੋਇਆ। ਇਹ ਜਿਹੜੇ ਆਪ ਵਾਲੇ ਗੱਲਾਂ ਕਰਦੇ ਨੇ ਜਾਂ ਏਡੀ 99 ਸੀਟਾਂ ਇਹਨਾਂ ਦੀ ਜਿੱਤ ਗਈਆਂ, ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਇੱਕ ਵੀ ਕੋਈ ਕੰਮ ਤੁਸੀਂ ਸਾਡੇ ਤੋਂ ਜ਼ਿਆਦਾ ਲੋਕਾਂ 'ਚ ਰਹਿੰਦੇ ਹੋ, 32 ਫਰੀ ਕਰਤੀ, 44,000 ਤੋਂ ਜ਼ਿਆਦਾ ਨੌਕਰੀਆਂ ਸਰਕਾਰ ਫਰੀ। ਜਦੋਂ ਚੰਨੀ ਸਾਹਿਬ CM ਬਣੇ ਸੀ ਔਰ ਸੋਨੀ ਸਾਹਿਬ ਸਾਬਕਾ ਡਿਪਟੀ CM ਜਿਹੜੇ ਡਿਪਟੀ CM ਸੀ, ਉਦੋਂ 200 ਯੂਨਿਟ ਕਾਂਗਰਸ ਸਰਕਾਰ ਨੇ ਮਾਫ਼ ਕੀਤਾ ਸੀ, ਔਰ ਜਿੰਨਾ ਲੋਕਾਂ ਦਾ ਪੈਂਡਿੰਗ ਬਿੱਲ ਸੀ, ਚਾਹੇ ਉਹ 1 ਲੱਖ ਸੀ, ਚਾਹੇ 2-2, 3-3 ਲੱਖ ਸੀ, ਸਾਰਾ ਪਿਛਲਾ ਮਾਫ਼ ਕੀਤਾ ਸੀ। ਇਹਨਾਂ ਨੇ ਕੀ ਕੀਤਾ? ਇਹ ਕਾਂਗਰਸ ਸਰਕਾਰ ਨੇ 7 ਕਿਲੋਵਾਟ ਦੇ ਜਿਨ੍ਹਾਂ ਦੇ ਮੀਟਰ ਲੱਗੇ ਸੀ, ਉਹਨਾਂ ਦਾ 1 ਰੁਪਏ ਕੁਛ ਪੈਸੇ ਤਾਂ ਉਹਨਾਂ ਨੇ ਉਹਨਾਂ ਦਾ ਯੂਨਿਟ ਕਰਤਾ ਸੀ। ਸੋ ਇਹ ਤਾਂ ਗੁੰਮਰਾਹ ਕਰਨ ਵਾਲੀਆਂ ਗੱਲਾਂ। 300 ਤੋਂ 301 ਹੋ ਜਾਵੇ ਤਾਂ ਸਾਰਾ ਬਿੱਲ ਆ ਜਾਂਦਾ, ਅਤੇ ਅੱਜ 1 ਘਰ 'ਚ KC ਚੱਲ ਜਾਏ ਗਰਮੀ, ਜਿੰਨਾ ਦਾ ਮੌਸਮ ਹੈ 300 ਯੂਨਿਟ ਤਾਂ ਵੈਸੇ ਨਿਕਲ ਜਾਂਦਾ। ਸੋ ਇਹ ਝੂਠਿਆਂ ਦੀ ਸਰਕਾਰ, ਅੱਜ ਇਹ ਗੱਲਾਂ ਕਰਦੇ ਸੀ, ਅਸੀਂ ਇਮਾਨਦਾਰ ਸਰਕਾਰ ਆ, ਸਾਰੇ ਮੰਤਰੀ, ਸਾਰੇ CM, ਇਹਨਾਂ ਦੇ ਡਿਪਟੀ CM ਸਾਰੇ ਅੱਜ ਅੰਦਰ ਬੈਠੇ ਨੇ ਤੁਹਾਡੇ ਸਾਹਮਣੇ, ਆ 2 ਤਰੀਕ ਨੂੰ ਫਿਰ ਚੱਲ ਜਾਣਾ ਇਹਨਾਂ ਨੇ ਅੰਦਰ। ਸੋ ਇਹ ਝੂਠ ਜਿਹੜਾ ਥੋੜ੍ਹੀ ਦੇਰ ਲੋਕਾਂ ਦੇ ਅੱਗੇ ਰਹਿੰਦਾ, ਸੱਚ ਸੱਚ ਹੁੰਦਾ, ਝੂਠ ਝੂਠ। ਭਾਜਪਾ ਬੜੇ ਵੱਡੇ ਦਾਅਵੇ ਕਰਦੀ ਵੀ ਇਸ ਵਾਰ 400 ਤੋਂ ਪਾਰ ਦੀ ਗੱਲ ਆ ਕਰੀ ਭਾਜੀ। ਹੁਣ ਤਾਂ 400 ਤਾਂ ਆਪ ਹੀ ਕਹਿਣਾ ਛੱਡ ਗਏ ਜੀ, ਹੁਣ ਤਾਂ 200 ਦੇ ਕੋਲ ਆਪ ਹੀ ਕਹਿਣ ਲੱਗ ਪਏ, ਔਰ ਮੀਡੀਆ ਤੁਹਾਡੇ ਚੈਨਲ ਵਾਲੇ ਆਪ ਹੀ ਕਹਿੰਦੇ ਨੇ 200 ਵੀ ਟੱਚ ਕਰ ਦੇਣ ਬੜੀ। ਜਿਹੜੇ ਮੀਡੀਆ ਚੈਨਲ ਨੈਸ਼ਨਲ ਚੈਨਲ ਰਾਹੁਲ ਗਾਂਧੀ ਜੀ ਜਾਂ ਕਾਂਗਰਸ ਪਾਰਟੀ ਵੱਲ ਮੂੰਹ ਨਹੀਂ ਕਰਦੇ ਸੀ, ਅੱਜ ਉਹਨਾਂ ਦੀ ਸਭ ਤੋਂ ਵੱਡੀ ਖਬਰ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਦੀ, ਔਰ ਮੋਦੀ ਜੀ ਨੂੰ ਤਾਂ ਮੇਰੇ ਖਿਆਲ ਭੁੱਲ ਹੀ ਗਏ ਲੱਗਦੇ, ਬੜੀ ਛੇਤੀ ਭੁੱਲ ਗਏ, ਮੀਡੀਆ ਵੀ ਭੁੱਲ ਗਿਆ। ਸੋ ਸਵਾਲ ਲਵਾਂਗੇ ਤੁਹਾਡੇ ਕੋਲ, ਪ੍ਰਧਾਨ ਮੰਤਰੀ ਦੀ ਫੇਰੀ ਨੂੰ ਕਿਸਾਂ ਦੇਖਦੇ ਹੋ? ਬੀਜੇਪੀ ਆਖਰੀ ਵੀ ਪ੍ਰਧਾਨ ਮੰਤਰੀ ਦੀ ਫੇਰੀ ਜਿਹੜਾ ਕਿ ਹੁਣ ਮਾਹੌਲ ਹੈ ਬੀਜੇਪੀ ਦੇ ਹੱਕ ਵਿੱਚ ਕਰਨ ਜਾ ਰਹੀ ਲਾ ਲੈਣ? ਦੇਖੋ, ਕੈਂਡੀਡੇਟ ਉਹਨਾਂ ਨੇ ਆਪਣੇ ਕੈਂਡੀਡੇਟ ਦਾ ਫੇਵਰ ਕਰਨ ਆਉਣਾ ਹੀ ਆਉਣਾ, ਪਰ ਮੈਨੂੰ ਲੱਗਦਾ ਕਿ ਉਦਣ ਜਦੋਂ ਆਉਂਗੇ ਇੱਥੇ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਣਾ, ਜਦੋਂ ਕੋਈ ਬੰਦਾ ਅੱਗੇ ਨਹੀਂ ਖੜਾ ਹੋਣਾ। ਸੋ ਬੀਜੇਪੀ ਦਾ ਪੰਜਾਬ 'ਚ ਟੋਟਲ ਸਫਾਇਆ ਹੋਣ ਜਾ ਰਿਹਾ। ਬਿਲਕੁਲ ਜੀ, ਇਹਦੇ ਵਿਕਾਸ ਸੋਨੀ ਜਿਹੜੇ ਕਿ ਯੁਵਾ ਦਿਲ ਦੀ ਧੜਕਣ ਨੇ, ਔਰ ਉਹਨਾਂ ਦੀ ਹਿਮਾਇਤ ਵਿੱਚ ਇੱਥੇ ਵੱਡੀ ਗਿਣਤੀ ਵਿੱਚ ਵਰਕਰ ਜਿਹੜੇ ਕਿ ਇਕੱਠੇ ਹੋਏ ਨੇ, ਕਿਉਂਕਿ ਗੁਰਜੀਤ ਸਿੰਘ ਔਜਲਾ ਦੀ ਹਿਮਾਇਤ ਵਿੱਚ ਇੱਥੇ ਰੋਡ ਸ਼ੋਅ ਨਿਕਲਣ ਵਾਲਾ ਹੈ, ਔਰ ਲਗਾਤਾਰ ਹੁਣ ਵਿਕਾਸ ਸੋਨੀ ਇਹੀ ਦਾਅਵਾ ਕਰ ਰਹੇ ਨੇ ਵੀ ਉਹਨਾਂ ਦਾ ਹਲਕਾ ਹੀ ਨਹੀਂ, ਪੂਰੇ ਅੰਮ੍ਰਿਤਸਰ 'ਚ ਜਿੰਨੇ ਵੀ ਹਲਕੇ ਨੇ, 9 ਹਲਕੇ ਨੇ, ਉਸ ਹਲਕਿਆਂ ਵਿੱਚ ਕਾਂਗਰਸ ਜਿਹੜੀ ਕਿ ਉਹ ਵੱਡੀ ਲੀਡ ਹਾਸਲ ਕਰੇਗੀ, ਅਤੇ ਗੁਰਜੀਤ ਸਿੰਘ ਔਜਲਾ ਜਿਹੜੀ ਕਿ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਖੈਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸੇ ਹਿੱਸੇ ਵਿੱਚ ਜਿੱਤ ਆਉਂਦੀ ਅਤੇ ਕਿਸੇ ਹਿੱਸੇ ਵਿੱਚ ਹਾਰ ਹੁੰਦੀ ਹੈ। ਕੈਮਰਾ ਪਰਸਨ ਗੋਪਾਲ ਦੇ ਨਾਲ ਸਿਕੰਦਰ ਪਸਰੀਜਾ, ਯਾਨੀ ਸਿਰਾ TV, ਅੰਮ੍ਰਿਤਸਰ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।